ये सरकारां चाहुंदियां हन कि वापस कोई संत जरनैल सिंह भिंडरांवाला ना बने ते फिर सरकारे दरबारे सुन ला तू भी जे संत जरनैल सिंह वर्गा कोई ना आवे ते सिखां नूं शांत पानी वांग बहन दे। जे साडा कोई नौजवान शहीद हो गया जां साडा कोई बंदा लग गया फिर तू याद रखी ताकत तेरा 84 विच भी हलाया सी ते ताकत तेरा अज भी हिला के छड़ांगे। सरकारां चाहुंदियां हन सिख को संत जरनैल सिंह खालसा भिंडरांवाले नूं कदे ना भुल्ले। पंजाबी मां बोली लई अपना हक इन्हां दुष्ट सरकारां कोलों लै के रहांगे चाहे सानूं अपने लीडरां दे लत्तां वी खाउणा पवै। ਅਸੀਂ ਹੱਥ ਆਪਣਾ ਲੈ ਕੇ ਰਹਾਂਗੇ ਚਾਹੇ ਸਾਨੂੰ ਆਪਣੇ ਸਿਰ ਵਾਰਨੇ ਪੈਣ। ਜੇ ਸਾਡਾ ਇੱਕ ਵੀ ਸਿਰ ਲੱਗਿਆ ਤਾਂ ਇੰਨੀ ਗਰੰਟੀ ਜ਼ਰੂਰ ਹੈ 100 ਤੁਹਾਡੇ ਲੈ ਕੇ ਰਹਾਂਗੇ। ਪੰਜਾਬੀ ਨੂੰ ਲਾਗੂ ਕਰੋ, ਪੰਜਾਬੀ ਨੂੰ ਲਾਗੂ ਕਰੋ, ਇੰਡੀਆ ਗੌਰਮੈਂਟ। ਘੱਟ ਗਿਣਤੀਆਂ ਵਾਲਿਆਂ ਨਾਲ ਇਹ ਧੱਕਾ ਕਰਦੇ ਹੋ। ਅਕਾਲ ਚੈਨਲ ਅਤੇ ਹੋਰ ਲੋਕਲ ਚੈਨਲਾਂ ਵੱਲੋਂ ਮੈਂ ਸਾਰੀ ਸਿੱਖ ਕੌਮ ਨੂੰ ਇਹ ਬੇਨਤੀ ਕਰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਕਿਉਂਕਿ ਸਿੱਖਾਂ ਦੀ ਆਵਾਜ਼ ਨੂੰ 1947 ਤੋਂ ਲੈ ਕੇ 2020 ਅੱਜ ਤੱਕ ਦਬਾਇਆ ਜਾ ਰਿਹਾ। ਜੇ ਸਿੱਖੋ ਤੁਸੀਂ ਇਕੱਠੇ ਨਾ ਹੋਏ ਕੱਲ ਵੀ ਤੁਹਾਨੂੰ ਨੇਸਤਾ ਨਬੂਦ ਕੀਤਾ ਜਾਵੇਗਾ। ਹਾਲੇ ਤਾਂ ਤੁਹਾਡੀ ਮਾਂ ਤੇ ਅਟੈਕ ਹੋਇਆ ਹੈ, ਕੱਲ ਸਰਕਾਰਾਂ ਵੱਲੋਂ ਤੁਹਾਡੀਆਂ ਕਿਰਪਾਨਾਂ ਵੀ ਲਈਆਂ ਜਾਣਗੀਆਂ, ਤੁਹਾਡੇ ਦਸਤਾਰਾਂ ਤੇ ਵੀ ਹੱਥ ਪਾਏ ਜਾਣਗੇ। ਮੈਂ ਆਪਣੀ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਬੇਨਤੀ ਕਰਦਾ ਹਾਂ, ਪੰਜਾਬੀ ਮਾਂ ਬੋਲੀ ਖਾਲੀ ਸਿੱਖ ਹੀ ਨਹੀਂ ਯੂਸ ਕਰਦੇ, ਸਿੱਖ ਹੀ ਨਹੀਂ ਬੋਲਦੇ। ਤੁਸੀਂ ਪਾਕਿਸਤਾਨ ਵਿੱਚ ਦੇਖ ਲਓ, ਲੈਂਦੇ ਪੰਜਾਬ ਵੱਲ 11 ਕਰੋੜ ਪਾਕਿਸਤਾਨੀ ਪੰਜਾਬੀ ਬੋਲਦਾ ਹੈ। ਜੰਮੂ ਕਸ਼ਮੀਰ ਵਿੱਚ ਕਸ਼ਮੀਰੀ ਪਾਕਿਸਤਾਨ ਹਿੰਦੁਸਤਾਨੀ ਬੋਲੀ ਹਿੰਦੀ ਵੀ ਬੋਲਦਾ ਹੈ, ਉਰਦੂ ਵੀ ਬੋਲਦਾ ਹੈ ਤੇ ਨਾਲ ਦੇ ਨਾਲ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵੀ ਕਰਦਾ ਹੈ। ਹਿੰਦੂ ਵੀਰ ਵੀ ਪੰਜਾਬੀ ਬੋਲਦਾ ਹੈ, ਦੂਰ ਜਾਣ ਦੀ ਗੱਲ ਨਹੀਂ। ਯੂਪੀ, ਬਿਹਾਰ, ਮਹਾਰਾਸ਼ਟਰ ਤੋਂ ਜਿਹੜੇ ਵੀ ਬਈਏ ਜੰਮੂ ਕਸ਼ਮੀਰ ਵਿੱਚ ਕੰਮ 20-30 ਸਾਲ ਹੋ ਗਏ, ਪੂਰੀ ਠੇਠ ਪੰਜਾਬੀ ਬੋਲਦੇ ਹਨ। ਕਿਆ ਉਹ ਇਨਸਾਨ ਨਹੀਂ? ਪੰਜਾਬੀ ਬੋਲਣਾ ਸਿੱਖਾਂ ਲਈ ਗੁਨਾਹ ਬਣਦਾ ਜਾ ਰਿਹਾ ਹੈ। ਸਾਨੂੰ ਮਜਬੂਰ ਕੀਤਾ ਗਿਆ ਹੈ ਕਿ ਅਸੀਂ ਅੱਜ ਇਸ ਗਾਂਧੀ ਦੇ ਸਾਹਮਣੇ, ਜਿਸ ਗਾਂਧੀ ਨੇ ਇਸ ਸੰਵਿਧਾਨ ਨੂੰ ਅਤੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਬੁੱਤ ਦੇ ਸਾਹਮਣੇ ਖੜੇ ਹੋ ਕੇ ਸਾਨੂੰ ਮਜਬੂਰ ਕੀਤਾ ਗਿਆ ਹੈ। ਪਰ ਸਰਕਾਰਾਂ ਚਾਹੁੰਦੀਆਂ ਹਨ ਕਿ ਸਿੱਖ ਹਮੇਸ਼ਾ ਤਕਲੀਫ ਵਿੱਚ ਰਹਿਣ। ਮੈਂ ਸਰਕਾਰਾਂ ਨੂੰ ਹਦਾਇਤ ਕਰਦਾ ਹਾਂ ਕਿ ਜਿੰਨਾ ਦੇਰ ਤੁਸੀਂ ਸਿੱਖਾਂ ਨੂੰ ਦਬਾਓਗੇ, ਇਹ 84 ਵਾਲਾ ਸੀਨ ਯਾਦ ਰੱਖਿਓ, ਇਹ ਜਵਾਲਾਮੁਖੀ ਬਣ ਕੇ ਫਟਣਗੇ ਤੁਹਾਡੇ ਉੱਪਰ ਇੱਕ ਦਿਨ ਜ਼ਰੂਰ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਜਿਹੜਾ ਪੰਜਾਬੀ ਮਾਂ ਬੋਲੀ ਨਾਲ ਧੱਕਾ ਕਰਦਾ ਆਇਆ ਹੈ, ਗੁਰਧਾਮਾਂ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕੀਤੀਆਂ ਗਈਆਂ, ਜੇ ਉਸ ਵੇਲੇ ਤੁਹਾਡੀ ਇੰਦਰਾ ਨਹੀਂ ਰਹੀ ਤੇ ਸਮਝ ਲਿਓ ਸਿੱਖਾਂ ਨਾਲ ਧੱਕਾ ਕਰੋਗੇ ਤੇ ਸਰਕਾਰ ਵਿੱਚ ਕੋਚ ਚੋਰ ਨੁਮਾਇੰਦੇ ਵੀ ਨਹੀਂ ਰਹਿਣਗੇ। ਇੰਨੀ ਗੱਲ ਯਾਦ ਰੱਖਿਓ, ਸਿੱਖ ਜਿਹੜੇ ਹਨ ਸ਼ਾਂਤਮਈ ਪਾਣੀ ਦੀ ਤਰ੍ਹਾਂ ਤੁਰਨਾ ਜਾਣਦੇ ਹਨ, ਨਾ ਵਰਗਲਾਓ ਸਿੱਖਾਂ ਨੂੰ। ਬਾਰ ਬਾਰ ਤੁਹਾਨੂੰ ਅਪੀਲ ਕਰਦੇ ਹਾਂ, ਸਿੱਖ ਇੱਕ ਵੀ ਜਵਾਲਾਮੁਖੀ ਵਾਂਗ ਬਣ ਕੇ ਆ ਗਿਆ ਨਾ ਤੇ ਤੁਹਾਡੀਆਂ ਕੁਰਸੀਆਂ ਦੀਆਂ ਲੱਤਾਂ ਦਾ ਤੋੜ ਕੇ। ਦੂਜੀ ਗੱਲ,
मैं अपने सिख राजनीतक सिख लीडर धार्मिक आगुआं नूं खास करके बेनती करदा, ओ नलायको तुहाडी नलायकी दी वजह नाल अज सानू ए रोस मुजारे करने पै रहे हन। तुहाडी नलायकी दी वजह नाल सानू रोड़ां बंद करनियां पै रहियां हन। ओ नलायक लीडरो, नलायक धार्मिक आगुओ, लानता तुहानू, एक बार नहीं सौ सौ बार लानता। ताड़ियां कमजोरियां दी बदौलत अज सरकारां साडे ते हैवी हो रहे हन। जे तुसी शुरू तू चज नाल सिखां दी हमायत करदे, सिखां दे हौसला अफजाई करदे, पंजाबी मां बोली नाल लीडरो, जे तुहानू प्यार हुंदा अज साडी इह हालत ना हुंदी। कुछ लोग सरकारां वल्लों खरीदे जा रहे हन। मैं सारी संगत विच अपील करदा, जे किसे प्यो दे पुत विच दम है ते अजमीत सिंह नूं खरीद के दस लो। फिर मैं कारां नूं बेनती करदा हां, मैनूं बार बार हजार बार सिंह पिंडरा वाला याद आ रहा है। ये सरकारां चाहुंदियां हन कि वापस कोई संत जरनैल सिंह पिंडरा वाला ना बने, ते फिर सरकारे दरबारे सुन ला तू भी, जे संत जरनैल सिंह वर्गा कोई ना आवे ते सिखां नूं शांत पानी वांग बहन दे, सिखां नूं शांत पानी वांग चलन दे। सिखां ने बड़ियां कुर्बानियां अपने बच्चे, अपने घर, अपनियां धीआं मावां दी बेपती करा के इस देश नूं आजाद कराया सी। अज साडा मुल पाउण दी बजाए तुसी सानू धक्का दे रहे हो, सानू दबाउण दी कोशिश कर रहे हो। बेनती करदा सरकारां नूं, सरकारे तैनू ब्लेम करिए या शेम करिए, सरकारे तैनू ब्लेम करिए या शेम करिए, बार बार मजबूर ना कर असी आउण वाली चलदी पब्लिक नूं तंग करिए। साडा कोई शौक नहीं कि असी चलदी ही पब्लिक नूं रोक के अपनी गल दसीए, पर क्यों दसनी पैंदी है? क्योंकि तुसी अन्ने हो, बोले हो, अखों काणे हो, क्योंकि तुहानू दिसदा नहीं। साडे ए नलायकी साडे अपणियां दी है, अपने लीडरां दी, जिन्हां दी बदौलत साडी अज पंजाबी मां बोली नूं दबाया गया है। एक सरकार होर चेतावनी तैनू, जे साडा कोई नौजवान शहीद हो गया जां साडा कोई बंदा लग गया, फिर तू याद रखी ताकत तेरा 84 विच भी हिलाया सी ते ताकत तेरा अज भी हिला के छड्डांगे। इन्नी गल याद रखी। इस करके मेरी बेनती है, पूरी वर्ल्ड दी गुरु नानक नाम लेवा, सिख ही पंजाबी नहीं बोलदी, मुसलमान भी पंजाबी बोलदे आ, साडे नाल मुसलमान वीर भी बैठे आ, साडे हिंदू वीर भी पंजाबी बोलदे आ। जम्मू कश्मीर विच हिंदी घट, डोगरी घट ते पंजाबी ज्यादा बोली जांदी है, क्योंकि पंजाबी इन्नी मिठड़ी भाषा है, इन्नी मां बोली साडी मिठड़ी है, जिहड़ी सरकार नूं बर्दाश्त नहीं हुंदी। साडियां आवाजां पार्लियामेंट तक भी गुजणगियां, राज्य सभा तक, ताड़ियां कुर्सियां दे थल्लों भी आवाज आएगी। पता के पंजाबी साडी मां बोली, साडी जिंद, साडी जान, साडी जिंद, साडी जान। जे तुसी चाहुंदे हो, वापस फेर बेनती कर लगा, कोई सिख कौम विचों पुराना शहीद तैयार होके ना आवे तो फिर याद रखियो, सिखां दे हक सिखां दी झोली विच पा दवो, ताकि तुहानू यह हदायत करदे हां कि सिखां नाल टकराना। तुसी इतिहास पढ़ लो, फिर देख लो, जे मसे रंगल वर्गे रहना तुसी भी नहीं। एक गल याद रखियो, फिर अखीर विच बेनती करदा अपनी भाईचारे नूं, आओ सारे एक निशान थले इकत्र होके अपनी सिख कौम दी बुनियाद नूं ऐसा मजबूत करिए कि आउण वालियां सरकारां साडे वल आख चुके वे ना वेखण। वाहिगुरू जी का खालसा। भाई सिखां दा इतिहास पढ़ लो, सिखां दा इतिहास पढ़ लो। मैं जम्मू कश्मीर दी गल करां, जम्मू कश्मीर दी गल करां, महाराजा रणजीत सिंह दा राज दी गल करां। इस खालसा राज 1808 ईस्वी दे विच उत्थों उस तों ईस्वी दे विच महाराजा गुलाब सिंह दे फादर साहब नूं दित्ता गया, और 1822 दे ईस्वी दे विच महाराजा गुलाब सिंह नूं ताजपोशी महाराजा रणजीत सिंह ने कीती गई। तद तों लैके अज तक
इस इतिहास नू आप जी सारे ही जानू हो, जिस तरीके दे नाल रणवीर सिंहपुरा जो रेलवे स्टेशन होंदा सी, जिदा सियालकोट ट्रेन जांदी सी, पहली भाषा पंजाबी लिखी है उत्थे, दूसरी भाषा उर्दू लिखी है, तीसरी भाषा हिंदी लिखी इंग्लिश लिखी है। मैं समझदा हां कि देश की प्राप्त हुकूमतां भी पंजाबी नू पहला दर्जा देंदी सन, मगर इस हुकूमत नू इस सेंटर गवर्नमेंट दी है कि सिखां दे नाल टाकरा लैण दी, क्योंकि सिखां दे इतिहास दे नाल भी छेड़छाड़, क्योंकि पंजाब दे विच भी इतिहास दे नाल जो गुरु ग्रंथ साहिब जी दे नाल छेड़छाड़, वह भी सेंटर गवर्नमेंट की पॉलिसी है। ये मैं साहिताारी जी तलजीमा हैं कट्टरपंथी, ये सिखा के नाल मत्थे ते मत्था ला रही हैं, कि ना होए कि वापस गुरु गोबिंद सिंह जी का इतिहास 125,000 के नाल एक लड़ाऊ, तवे गुरु गोबिंद सिंह कहाऊं वो इतिहास पढ़ाया जाए। मैं सेंटर गवर्नमेंट नू फिर मान करता कहाऊं वो इतिहास पढ़ाया जाए। मैं सेंटर गवर्नमेंट नू फिर मान करता लाइन दे माध्यम राही मैं तुहानू अज ये मैसेज देना चाहता हाँ कि जो साड़ी मां बोली पंजाबी नू ऑफिशियल लैंग्वेज विचों बाहर रखा गया है, असी मोदी साहब नू अमित शाह नू गवर्नर नू ये मैसेज देना चाहते हैं, जो अज की रैली चट्ठा फार्म तो निकल के डिगियाना आश्रम तक जाएगी, हजारों की गिनती का इकट्ठ, ये अज मोदी साहब नू सुनेहा देना चाहता है कि जिस तरह तुसी पांच भाषावां नू ऑफिशियल लैंग्वेज का दर्जा दिता है, साड़ी पंजाबी मां बोली नू भी ऑफिशियल लैंग्वेज का दर्जा दिता जाए, क्योंकि जम्मू दे विच 80% लोग पंजाबी बोलते ने, साड़ा गुआंढी देश पंजाब जो कि साडे नाल कारोबार करते ने, जो कि साडे बच्चे पंजाबी दे विच MA PhD करते ने, उन्हां दा भविष्य कित्थे जाएगा। ये सरकार नू सोचना चाहिदा है, साडे नाल बार बार वितकरा क्यों किया जाता है, इस करके असी सरकार नू आगाह करना चाहते हाँ कि जल्दी तो जल्दी पंजाबी भाषा नू ऑफिशियल लैंग्वेज का दर्जा दे के इन्हां इस भाषा नू बिच दर्ज किया जाए, नहीं तो बड़े तौर पर बड़े पद्धर से ये कट करके प्रोटेस्ट किए जाएंगे, चाहे शहीदियां भी देनिया पवन, असी शहीदियां देने नू तैयार हाँ, लेकिन असी पंजाबी भाषा नू उस ऑफिशियल लैंग्वेज भी दर्ज करा के पिछे हटांगे, उस तो पहले साड़ा कोई और नहीं, कोई और मुद्दा नहीं, एको एक मुद्दा है ऑफिशियल लैंग्वेज दे विच असी पंजाबी मां बोली नू दर्ज करवाना चाहते हैं, वाहे असी पंजाबी मां बोली नू दर्ज करवाना चाहते हैं, वाहे गुरु जी पंजाबी भाषा लागू करो, पंजाबी भाषा लागू करो, पंजाबी भाषा लागू करो, सरकारी 8वां शेड्यूल लागू करो, सारी भाषा लागू करो, 8वां शेड्यूल लागू करो, लागू करो, लागू करो, लागू करो, ओए वित करा नहीं च ਸਿੱਖ ਕੌਮ ਸੰਤ ਕਰਨਾ ਸੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਦੇ ਨਾ ਭੁੱਲੇ।
ਅੰਦਰ ਕਿਉਂ ਚਾਹੁੰਦੀਆਂ ਹਨ? ਕਿਉਂਕਿ ਤੁਸੀਂ ਬਾਰ ਬਾਰ ਜਦੋਂ ਇਕੱਠਾ ਕਰੋਗੇ ਸਾਨੂੰ ਬਾਬਾ ਕੋਲ ਹੰਸ ਗਰਨਾ ਸਿੰਘ ਕਿੰਗਰਾ ਵਾਲਾ ਅੰਦਰ ਜਾ ਚੁੱਕੇ ਹਨ। ਉਸ ਦੇ ਚੇਤੇ ਆਉਣ ਨਾਲ ਸਾਨੂੰ ਇਹ ਸੱਚ ਹੁੰਦਾ ਹੈ ਕਿ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਬਿਜਲੀ ਲਈ ਪੂਰੇ ਪੰਜਾਬ ਦੇ ਹੀ ਹੱਕ ਨਹੀਂ ਦਿੱਤਾ ਹੋਇਆ, ਸ਼ਹਾਦਤ ਨੂੰ ਪ੍ਰਾਪਤ ਹੋਇਆ ਸੀ। ਅਸੀਂ ਚਾਹੁੰਦੇ ਹਾਂ ਨਾ ਅਸੀਂ ਭੁੱਲਾਂਗੇ, ਕਿਉਂਕਿ ਪੰਜਾਬੀ ਮਾਂ ਬੋਲੀ ਹਿੰਦੂ ਕਸ਼ਮੀਰ ਵਿੱਚ ਸਿੱਖ ਵੀ ਬੋਲਦੇ, ਹਿੰਦੂ ਵੀਰ ਵੀ ਬੋਲਦੇ ਆ, ਮੁਸਲਿਮ ਵੀਰ ਵੀ ਬੋਲਦੇ ਆ। ਪਰਸੋਂ ਇੱਕ ਯੂਟਿਊਬ 'ਤੇ ਵੀਡੀਓ ਵੇਖ ਰਿਹਾ ਸੀ, 12 ਕਰੋੜ ਮੁਸਲਮਾਨ ਜੋ ਤੁਸੀਂ ਦੇਖ ਲਓ ਪੰਜਾਬੀ ਬੋਲੀ ਜਾਂਦੀ ਹੈ ਪੂਰੇ ਦੇਸ਼ ਵਿੱਚ, ਜਿਹੜੇ ਤੁਸੀਂ ਇਤਿਹਾਸ ਤੋਂ ਪਿੱਛੇ ਸਮੀਰ ਜੰਮੂ ਕਸ਼ਮੀਰ ਦੇ ਸਾਰੇ ਉਹ ਵੀ ਰਾਜਨੀਤਿਕ ਹੋ, ਕਿਉਂਕਿ ਇਹ ਚੰਗੇ ਲੋਕ ਹਨ ਜੋ ਕਿ ਸਰਕਾਰਾਂ ਹਮੇਸ਼ਾ ਖਰੀਦ ਫਰੋਖਤ ਕਰਦੀਆਂ ਹਨ। ਇਹ ਲੀਡਰ ਬੰਦੇ ਹਮੇਸ਼ਾ ਦੂਰ ਰਹਿੰਦੇ ਹਨ। ਜੇ ਮਿੱਤਰੋ ਤੁਹਾਨੂੰ ਕੰਮ ਹੈ ਨਾ, ਇਹ ਸੰਗਤ ਵਿੱਚ ਬੋਲ ਰਿਹਾ, ਅਜਮੀਰ ਸਿੰਘ ਨੂੰ ਠੀਕ ਕਰ ਦੱਸੋ ਜੇ ਤੁਹਾਡੇ ਸਹਿਯੋਗ 'ਤੇ ਕੰਮ ਹੈ। ਸਿਰ ਕਟਾਉਣਾ ਮਨਜ਼ੂਰ ਆ, ਪਰ ਪੰਜਾਬੀ ਮਾਂ ਬੋਲੀ ਲਈ ਆਪਣਾ ਹੱਕ ਇੰਨਾ ਖੁਸ਼ ਸਰਕਾਰਾਂ ਕੋਲੋਂ ਲੈ ਕੇ ਰਹਾਂਗੇ, ਚਾਹੇ ਸਾਨੂੰ ਆਪਣੇ ਲੀਡਰਾਂ ਦੇ ਲੋਕਾਂ ਨੂੰ ਕਿਉਂ ਨਾ ਪਾਉਣਾ। ਇਸ ਕਰਕੇ ਮੇਰੀ ਸਰਕਾਰ ਨੂੰ ਇਹ ਬੇਨਤੀ ਨਹੀਂ, ਇਹ ਚੇਤਾਵਨੀ ਨਹੀਂ, ਇਹ ਸਿੱਖਾਂ ਦਾ ਹੱਕ ਹੈ, ਰਾਜਸੀ ਹੱਕ ਹੈ, ਅਸੀਂ ਹੱਕ ਆਪਣਾ ਲੈ ਕੇ ਰਹਾਂਗੇ, ਚਾਹੇ ਸਾਨੂੰ ਆਪਣੇ ਸਿਰ ਵਾਰਨੇ ਪੈਣ। ਜੇ ਸਾਡਾ ਇੱਕ ਵੀ ਸਿਰ ਲੱਗਿਆ ਤਾਂ ਇੰਨੀ ਗਰੰਟੀ ਜ਼ਰੂਰ ਹੈ, 100 ਤੁਹਾਡੇ ਲੈ ਕੇ ਰਹਾਂਗੇ। ਇੱਕ ਗੱਲ ਯਾਦ ਰੱਖਿਓ, ਜੇ ਸਾਡੇ ਕਿਸੇ ਬੱਚੇ ਨੂੰ ਕਿਸੇ ਲੋਕ ਨਾਲ ਕੰਮ ਕੀਤਾ ਗਿਆ, ਮੈਂ ਪੁਲਿਸ ਨੂੰ ਵੀ ਹਦਾਇਤ ਕਰਦਾ ਹਾਂ ਕਿ ਆਫਿਸਰ ਆਫਿਸਰ ਵਾਲਾ ਰੋਲ ਨਿਭਾਇਓ। ਇਸ ਕਰਕੇ ਇਹਨਾਂ ਸਰਕਾਰਾਂ ਤੋਂ, ਇਹਨਾਂ ਜ਼ਾਲਮ ਸਰਕਾਰਾਂ ਤੋਂ ਗੁਰੇਜ਼ ਕਰੋ। ਬੇਵਕੂਫਾਂ ਨੂੰ ਸਾਨੂੰ ਹਮੇਸ਼ਾ ਸੰਤ ਜਰਨੈਲ ਸਿੰਘ ਚੇਤੇ ਆਉਣਾ ਹੈ ਅਤੇ ਚੇਤੇ ਆਉਂਦਾ ਰਹੇਗਾ। ਬਾਰ ਬਾਰ ਸੰਤ ਜਰਨੈਲ ਸਿੰਘ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਸਰਕਾਰ ਨੂੰ ਹਜ਼ਰ ਜਾਓ। ਪਹਿਲੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਮੈਂ ਮੁਸਲਿਮ ਹਾਂ ਅਤੇ ਅਸੀਂ ਬੋਲ ਰਹੇ ਹਾਂ ਕਿ ਜੰਮੂ ਕਸ਼ਮੀਰ 'ਚ 60% ਪੰਜਾਬੀ ਬੋਲੀ ਬੋਲੀ ਜਾਂਦੀ ਹੈ, ਜਿੱਥੇ 6 ਬੋਲੀਆਂ ਲਾਗੂ ਕੀਤੀ ਹੈ, ਪੰਜਾਬੀ ਬੋਲੀ ਵੀ ਲਾਗੂ ਕੀਤੀ ਜਾਏ। ਸਾਡੀ ਅਪੀਲ ਹੈ ਗੌਰਮੈਂਟ ਨੂੰ ਕਿ ਇਹ ਅਨਿਆਏ ਨਾ ਕਰਨ, ਅਗਰ 6 ਬੋਲੀਆਂ ਲਾਗੂ ਕੀਤੀਆਂ ਤਾਂ ਪੰਜਾਬੀ ਬੋਲੀ ਵੀ ਲਾਗੂ ਕੀਤੀ ਜਾਏ। ਹਰ ਡਿਸਟ੍ਰਿਕਟ 'ਚ ਹਰ ਜਗ੍ਹਾ 'ਚ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਤਾਂ ਇਹਨੂੰ ਲਾਗੂ ਕਿਉਂ ਨਹੀਂ ਕਰਦੇ ਆ? ਮੇਰੀ ਅਪੀਲ ਹੈ ਗੌਰਮੈਂਟ ਨੂੰ ਪੰਜਾਬੀ ਬੋਲੀ ਲਾਗੂ ਕੀਤੀ ਜਾਏ, ਅਗਰ ਉਹ ਲਾਗੂ ਨਹੀਂ ਕਰਨਗੇ ਤਾਂ ਅਸੀਂ ਇਹਨਾਂ ਨਾਲ ਲੜਨ ਨੂੰ ਵੀ ਤਿਆਰ ਹਾਂ, ਅਸੀਂ ਪੰਜਾਬੀ ਬੋਲੀ ਲਾਗੂ ਕਰਾਵਾਂਗੇ, ਕਰਾ ਕੇ ਹੀ ਰਹਾਂਗੇ। ਸਤਿ ਸ਼੍ਰੀ ਅਕਾਲ ਜੀ। ਹਮ ਮਾਨਯ ਗਵਰਨਰ ਸਾਹਿਬ ਸੇ ਅਪੀਲ ਕਰਤੇ ਹੈਂ, ਜੋ ਹਮਾਰੀ ਮਾਤਰ ਭਾਸ਼ਾ ਕੇ ਸਾਥ ਛੇੜਛਾੜ ਹੋਈ ਜਾ ਰਹੀ ਹੈ, ਇਹ ਮੈਂ ਪਸੰਦ ਨਹੀਂ ਹੈ। ਆਜ ਹਿੰਦੂ ਮੁਸਲਮਾਨ ਸਿੱਖ ਈਸਾਈ ਸਭੀ ਇਕੱਠੇ ਹੋਕਰ ਏਕਤਾ ਕਾ ਪ੍ਰਤੀਕ ਦੇਣਾ ਚਾਹਤੇ ਹੈ, ਉਹ ਬਤਾਨਾ ਚਾਹਤੇ ਹੈ ਕਿ ਮਾਤਰ ਭਾਸ਼ਾ ਮਾਂ ਸੇ ਬੜਕਰ ਹੋਤੀ ਹੈ, ਯਦਿ ਹਮਾਰੇ ਸਾਥ ਐਸਾ ਹੁਆ ਤੋ ਹਮ ਇਹ ਅਨਿਆਏ ਬਰਦਾਸ਼ਤ ਨਹੀਂ ਕਰੇਂਗੇ। ਮਾਨਯ ਮੋਦੀ ਜੀ ਸੇ ਵੀ ਅਪੀਲ ਕਰੇਂਗੇ, ਇਸਕੋ ਜਲਦ ਸੇ ਜਲਦ ਲਾਗੂ ਕੀਆ ਜਾਏ।